ਬਟਾਲਾ ਦੇ ਪਿੰਡ ਸਟਕੋਹਾ ਵਿੱਚ ਸਹੁਰੇ ਨੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੇ ਪੁੱਤਰ ਮੁਤਾਬਿਕ ਬੀਤੀ ਰਾਤ ਪਿਆਰਾ ਸਿੰਘ ਮਸੀਹ ਦਾ ਆਪਣੀ ਨੂੰਹ ਨਾਲ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵੱਧ ਗਿਆ ਕਿ ਉਸਦੇ ਦਾਦੇ ਨੇ ਉਸਦੀ ਮਾਂ ਦੇ ਸਿਰ ਤੇ ਲੋਹੇ ਦੀ ਰਾੜ ਮਾਰ ਦਿੱਤੀ, ਜਿਸ ਕਾਰਨ ਉਸਦੀ ਮਾਂ ਸੁਨੀਤਾ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅਨੀਤਾ ਦਾ ਵਿਆਹ ਕਰੀਬ 8 ਸਾਲ ਪਹਿਲਾਂ ਪੀਟਰ ਮਸੀਹ ਨਾਲ ਹੋਇਆ ਸੀ ਤੇ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਸਾਨੂੰ ਫੋਨ ਗਿਆ ਰਾਤ ਦੇ ਸਮੇਂ ਤੇ ਕਦੀ ਤੇ ਇਹਨਾਂ ਆਪ ਖੁਦ ਸਾਨੂੰ ਫੋਨ ਨਹੀਂ ਕੀਤਾ। ਇੱਥੋਂ ਪਿੰਡ ਵਾਲੇ ਕਿਸੇ ਬੰਦੇ ਨੇ ਫੋਨ ਕੀਤਾ, ਕੋਈ ਡਾਕਟਰ ਆ ਇੱਥੋਂ ਦਾ, ਮੈਂ ਤੇ ਉਹਨਾਂ ਨੂੰ ਜਾਣਦਾ ਨਹੀਂ। ਉਹਨੇ ਫੋਨ ਕੀਤਾ, ਉਹਨੇ ਸਾਨੂੰ ਸਾਰੀ ਗੱਲ ਦੱਸੀ ਆ ਵੀ ਇਸ ਤਰ੍ਹਾਂ ਆਹ ਗੱਲ ਹੋਈ ਆ। ਪਹਿਲਾਂ ਤਾਂ ਸਾਨੂੰ ਸੱਟ ਵੱਲੋਂ ਹੀ ਕਹਿੰਦੇ ਰਹੇ ਵੀ ਸੱਟ ਲੱਗੀ ਆ। ਬਾਅਦ ਦੇ ਵਿੱਚ ਮੈਂ ਉਹਨੂੰ ਕਿਹਾ ਕਿ ਮੈਂ ਇਕੱਲਾ ਹੀ ਹਾਂ ਅਤੇ ਮੇਰੇ ਲਾਗੇ ਹੈ ਨਹੀਂ ਕੋਈ ਵੀ, ਤੁਸੀਂ ਮੈਨੂੰ ਜੋ ਸਹੀ ਗੱਲ ਆ ਉਹ ਦੱਸੋ। ਫਿਰ ਉਹਨਾਂ ਨੇ ਦੱਸਿਆ ਵੀ ਤੁਸੀਂ ਪਿੰਡ ਹੀ ਆ ਜਾਓ, ਕਿਤੇ ਜਾਣ ਦੀ ਜ਼ਰੂਰਤ ਨਹੀਂ ਆ ਹੋਸਪਿਟਲ, ਅਤੇ ਕੁੜੀ ਖਤਮ ਹੋ ਗਈ ਹੈ। ਫਿਰ ਅਸੀਂ ਉੱਥੋਂ ਸਾਰੇ ਜਣੇ ਇਕੱਠੇ ਹੋ ਕੇ ਅਤੇ ਫਿਰ ਅਸੀਂ ਆਏ ਹਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਇਹਦੇ ਸਹੁਰੇ ਨੇ ਇਹਦੇ ਸਿਰ ਦੇ ਵਿੱਚ ਉਂਗਲੀ ਮਾਰੀ ਆ ਅਤੇ ਬਹੁਤ ਜ਼ਿਆਦਾ ਸੱਟ ਜਿਹੜੀ ਆ ਉਹ ਸਿਰ ਦੇ ਵਿੱਚ ਲੱਗੀ ਆ। ਇਹ ਮਾਮਲਾ ਕਿੱਥੋਂ ਮਰਡਰ ਦਾ? ਸਾਨੂੰ ਲੜਕੀ ਦੇ ਫਾਦਰ ਨਜ਼ੀਰ ਮਸੀਹ ਨੇ ਇਤਲਾਹ ਦਿੱਤੀ ਆ ਆਏ ਮੌਕੇ 'ਤੇ। ਇਹਨਾਂ ਦਾ ਪਹਿਲਾਂ ਵੀ ਕਲੇਸ਼ ਚੱਲਦਾ ਰਿਹਾ, ਅਦਾਲਤ ਕੇਸ ਚੱਲਦੇ ਆ, ਇੱਕ ਦੂਜੇ ਨੇ ਉਹ ਪਤੀ ਨੇ ਪਤਨੀ ਦੇ ਖਿਲਾਫ਼, ਪਤਨੀ ਨੇ ਪਤੀ ਦੇ ਖਿਲਾਫ਼, ਪਰਿਵਾਰਕ ਮੈਂਬਰਾਂ ਦੇ ਖਿਲਾਫ਼ ਇੱਕ ਦੂਜੇ ਕੀਤੇ ਕੇਸ। ਬਟ ਰਾਤ ਨੂੰ ਇਹਦੇ ਸਹੁਰੇ ਪਿਆਰਾ ਮਸੀਹ ਨੇ ਉਹ ਫਿਰ ਮੁਗਲੀ ਮਾਰ ਕੇ ਮਾਰ ਦਿੱਤੀ ਹੈ ਲੜਕੀ ਨੀਤਾ ਜਿਹੜੀ ਹੈ। ਉਹਦੇ ਸੰਬੰਧ 'ਚ ਇਨਵੈਸਟੀਗੇਸ਼ਨ ਕਰਨ ਲੱਗੇ ਹਾਂ, ਪਰਚਾ ਦੇ ਦਿੱਤਾ ਆਪਾਂ ਪਿਆਰਾ ਮਸੀਹ ਦੇ ਖਿਲਾਫ਼ ਅਤੇ ਬੁੜੇ ਦੇ ਖਿਲਾਫ਼, ਪੀਟਰ ਦੇ ਅਤੇ ਇੱਕ ਲੜਕੀ ਬੱਬੀ ਹੈ। ਫਰਦਰ ਇਨਵੈਸਟੀਗੇਸ਼ਨ ਅਜੇ ਕਰ ਰਹੇ ਹਾਂ ਅਤੇ ਇਹਨਾਂ ਕੰਮ ਐਫ ਆਈ ਆਰ ਲੌਜ ਕਰਕੇ ਫਿਰ ਬਾਅਦ 'ਚ ਦੱਸ ਸਕਦਾ।